ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦਫ਼ਤਰ ਧਨੌਲਾ ਅੱਗੇ ਲਾਇਆ ਗਿਆ ਧਰਨਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ ਕਿਸਾਨਾਂ ਨੂੰ ਖੱਜਲ ਖੁਆਰ। ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੇਅਰ ਹਾਊਸ ਮੈਨੇਜਰ ਰਾਜਦੀਪ ਸਿੰਘ, ਇੰਸਪੈਕਟਰ ਵੇਅਰ ਹਾਊਸ ਸਤਵੀਰਪਾਲ ਸਿੰਘ, ਇੰਸਪੈਕਟਰ ਪਨਗਰੇਨ ਵਰੁਣ ਗੋਇਲ, ਇੰਸਪੈਕਟਰ ਪਨਗਰੇਨ ਸ਼ੀਤਲ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਰਾਜਕਰਨ ਸਿੰਘ ਰਾਏ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਭਰੋਸਾ ਦਵਾਇਆ ਕਿ ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਕਿਸਾਨਾਂ ਦਾ ਛੇਤੀ ਤੋਂ ਛੇਤੀ ਝੋਨੇ ਦਾ ਕੰਮ ਨਿਬੇੜ ਕੇ ਘਰਾਂ ਨੂੰ ਜਾਣ, ਪਰ ਠੰਡ ਅਤੇ ਧੁੰਦ ਪੈਣ ਕਾਰਨ ਮੋਇਸਚਰਾਈਜ਼ਰ ਜਿਹੜਾ ਹੈ ਘੱਟ ਹੀ ਨਹੀਂ ਰਿਹਾ, ਇਸ ਕਰਕੇ ਸਾਡੀ ਮਜਬੂਰੀ ਹੈ। ਉਹਨਾਂ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਹੀ ਮੰਡੀਆਂ 'ਚੋਂ ਦਾਣਾ ਦਾਣਾ ਝੋਨੇ ਦਾ ਚੁਕਵਾਉਣ ਦੀ ਕੋਸ਼ਿਸ਼ ਕਰਾਂਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜ਼ਿੰਦਾਬਾਦ। 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 ਮੰਡੀਆਂ 'ਚੋਂ ਝੋਨੇ ਦਾ ਦਾਣਾ ਦਾਣਾ ਚੁਕਾ ਕੇ ਰਹਾਂਗੇ। ਚੁਕਾ ਕੇ ਰਹਾਂਗੇ। ਚੁਕਾ ਕੇ ਰਹਾਂਗੇ। ਮੰਡੀਆਂ 'ਚੋਂ ਝੋਨੇ ਦਾ ਦਾਣਾ ਦਾਣਾ ਚੁਕਾ ਕੇ ਰਹਾਂਗੇ। ਚੁਕਾ ਕੇ ਰਹਾਂਗੇ। ਚੁਕਾ ਕੇ ਰਹਾਂਗੇ। ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ। 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 ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ। 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 ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜ਼ਿੰਦਾਬਾਦ। 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 ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜ਼ਿੰਦਾਬਾਦ। 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 ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਅੱਜ ਮਾਰਕੀਟ ਕਮੇਟੀ ਦਫ਼ਤਰ ਤੋਂ ਲਾਗੇ ਧਰਨਾ ਲਾਇਆ ਗਾ, ਕਿਉਂਕਿ ਜੋ ਕਿਸਾਨ ਨੇ ਮੰਡੀਆਂ ਵਿੱਚ ਰੁੜ ਰਹੇ ਨੇ ਨਾ, ਉਹਨਾਂ ਦਾ ਝੋਨਾ ਨਹੀਂ ਚੁੱਕਿਆ ਜਾ ਰਿਹਾ। ਆਪਾਂ ਗੱਲਬਾਤ ਕਰਦੇ ਹਾਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜੀ। ਪ੍ਰਧਾਨ ਜੀ, ਅੱਜ ਜਿਹੜਾ ਧਰਨਾ ਲਾਇਆ ਇਹਦੇ ਸੰਬੰਧ 'ਚ? ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਲਗਾਤਾਰ ਡੇਢ ਮਹੀਨੇ ਤੋਂ ਸਾਰੇ ਪੰਜਾਬ ਦੇ ਵਿੱਚ ਵੱਖ ਵੱਖ ਮੋਰਚਿਆਂ ਦੇ ਵਿੱਚ ਦੀ ਹੁੰਦੇ ਹੋਏ 52 ਮੋਰਚੇ ਲਾਏ, 33 ਮੋਰਚੇ ਲਾਏ, ਟੋਲ ਪਲਾਜੇ ਫ੍ਰੀ ਕਰੇ, ਡੀਸੀ ਦਫ਼ਤਰ ਘੇਰੇ, ਇੰਸਪੈਕਟਰ ਘੇਰੇ, ਲਗਾਤਾਰ ਮੰਡੀਆਂ ਦੇ ਵਿੱਚ ਕਾਫਲੇ ਜਾ ਰਹੇ ਨੇ। ਅੱਜ ਅਸੀਂ ਬਲਾਕ ਬਰਨਾਲੇ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਦੇ ਮੂਹਰੇ ਸਾਡਾ ਧਰਨਾ ਚੱਲ ਰਿਹਾ। ਜਿਹੜੀਆਂ ਮੰਡੀਆਂ ਦੇ ਵਿੱਚ ਹਾਲੇ ਦਿੱਕਤ ਰਹਿੰਦੀ ਹੈ ਉਹਨਾਂ ਵਾਸਤੇ ਇਹ ਮੋਰਚਾ ਲੱਗਿਆ ਹੋਇਆ। ਅੰਦਰ ਐਕਸਪੈਕਟਰ ਆਏ ਨੇ, ਉਹਨਾਂ ਦਾ ਸੁਪਰਵਾਈਜ਼ਰ ਆਇਆ, ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਵੀ ਜਿਹੜੀਆਂ ਮੰਡੀਆਂ 'ਚ ਹੁਣ ਸਮੱਸਿਆ ਆ ਰਹੀ ਹੈ ਉਹ ਸਮੱਸਿਆ ਨੂੰ ਦੂਰ ਕਰੋ। ਉਹਨਾਂ ਨੇ ਬਣਾ ਰਹੇ ਨੇ, ਇੱਧਰ ਕਿਸਾਨਾਂ ਨੂੰ ਵੀ ਅਸੀਂ ਰਿਪੋਰਟ ਲੈ ਰਹੇ ਹਾਂ ਵੀ ਕਿਹੜੀਆਂ ਕਿਹੜੀਆਂ ਮੰਡੀਆਂ 'ਚ। ਇੱਕ ਇਹ ਦਿੱਕਤ ਹੈ ਵੀ ਜਿਹੜੇ ਸੈਲਰ ਨੇ ਜਾਂ ਆੜ੍ਹਤੀਆਂ ਵਾਲੇ ਨੇ, ਜਿਹੜੇ ਐਕਸਪੈਕਟਰ ਜੀਰੀ ਲਾ ਜਾਂਦਾ, ਇੱਕ ਅਧਿਕਾਰੀ ਹੈ ਸਰਕਾਰ ਦਾ, ਉਹਦੀ ਇਹ ਆੜ੍ਹਤੀਆਂ ਅਤੇ ਸੈਲਰ ਵਾਲੇ ਪ੍ਰਵਾਹ ਨਹੀਂ ਮੰਨ ਰਹੇ, ਉਹਨੂੰ ਪਿੱਛੇ ਛਿੱਟ ਰਹੇ ਨੇ। ਅਸੀਂ ਕਹਿੰਦੇ ਵੀ ਇੱਥੇ ਕੋਈ ਸਰਕਾਰ ਨਾਉਣ ਦੀ ਚੀਜ਼ ਨਹੀਂ, ਭਗਵੰਤ ਮਾਨ ਦੀ ਸਰਕਾਰ, ਆਮ ਆਦਮੀ, ਭਾਜਪਾ, ਸੈਂਟਰ ਦੇ ਹੱਥ ਸਾਰਾ ਅਧਿਕਾਰ ਹੈਗੀ ਹੈਗਾ। ਜਾਣੀ ਦੀਆਂ ਸਾਰੀਆਂ ਗੱਠਜੋੜ ਆੜ੍ਹਤੀ ਹੈ ਸੈਲਰ ਵਾਲੇ ਇਕੱਠੇ ਹੋ ਕੇ ਗੱਠਜੋੜ ਬਣਾਇਆ, ਇਹਨਾਂ ਨੇ ਕਿਵੇਂ ਲੋਕਾਂ ਨੂੰ ਜਲੀਲ ਕੀਤਾ, ਉੱਤਾਂ ਵਾਂਗੂ ਪਾਲੀ ਫਸਲ ਨੂੰ ਚੁਕਾਉਣ ਖਾਤਰ ਲਗਾਤਾਰ ਸਰਕਾਰ ਦੇ ਖਿਲਾਫ ਤੇ ਅਧਿਕਾਰੀਆਂ ਦੇ ਖਿਲਾਫ ਲਗਾਤਾਰ ਮੰਡੀਆਂ 'ਚ ਮੁਜ਼ਾਹਰੇ ਕਰਕੇ ਜਿਣਸ ਨੂੰ ਚੁਕਾਇਆ ਜਾ ਰਿਹਾ। ਅਸੀਂ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ, ਇਹ ਬਗਾਵਤ ਉੱਠਣੀ ਹੈ ਫਿਰ ਸੋਤੋਂ ਸਮਣੀ ਨਹੀਂ, ਇਸ ਕਰਕੇ ਲੋਕਾਂ ਦਾ ਹੜ ਆਉਣਾ, ਤੁਹਾਨੂੰ ਇਹੋ ਜਿਹਾ ਹੜ ਆਊਗਾ ਜਿਹੜਾ ਤੁਹਾਨੂੰ ਰੋੜ ਕੇ ਲਿਜਾ ਸਕਦਾ। ਇਸ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਨੇ, ਸਾਡੇ ਹੱਕ ਨੇ, ਉਹ ਦੇਣ ਦੀ ਖੇਚਲਾ ਕਰੋ। ਇਹ ਲੋਕ ਲੈਣ ਜਾਣਦੇ ਆ ਫਿਰ ਸੰਘਰਸ਼ ਦੇ ਜ਼ਰੀਆ, ਪਹਿਲਾਂ ਵੀ ਸਰਕਾਰ ਗੋਡਨੀਆਂ ਕੀਤੀਆਂ ਨੇ ਅਤੇ ਹੁਣ ਵੀ ਸਰਕਾਰਾਂ ਗੋਡਨੀਆਂ ਹੋਣਗੀਆਂ। ਅਸੀਂ ਇਹ ਅਪੀਲ ਕੀਤੀ ਸੀ ਲੋਕਾਂ ਨੂੰ ਵੀ ਜਿੰਨਾ ਤੁਸੀਂ ਵੋਟਾਂ ਵਾਲਿਆਂ ਵਾਂਗ ਤੁਰੇ ਫਿਰਦੇ ਹੋ, ਉਦੋਂ ਅੱਧਾ ਇਕੱਠ ਇੱਧਰ ਆ ਜੇ ਤਾਂ ਭਰਾਵੋ ਸਮੱਸਿਆ ਹੱਲ ਹੋ ਸਕਦੀ ਸੀ। ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਇਕੱਲੀ ਮੈਦਾਨ ਦੇ ਵਿੱਚ ਮਹੀਨੇ ਤੋਂ ਉੱਪਰ ਲੜ ਰਹੀ ਹੈ ਅਤੇ ਸੰਘਰਸ਼ ਨੂੰ, ਜੇ ਸਮੱਸਿਆ ਨਹੀਂ ਹੱਲ ਹੁੰਦੀ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ। ਇਹ ਸਾਡੀ ਚੇਤਾਵਨੀ ਹੈ ਬਰਨਾਲਾ ਪ੍ਰਸ਼ਾਸਨ ਨੂੰ ਅਤੇ ਸੈਂਟਰ ਅਤੇ ਪੰਜਾਬ ਸਰਕਾਰ ਨੂੰ। ਧੰਨਵਾਦ ਜੀ। ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਬਲਾਕ ਖਜਾਨਚੀ ਜਰਨੈਲ ਸਿੰਘ ਜਵੰਦਾ ਪਿੰਡੀ ਜੀ।
ਉਹਨਾਂ ਨੂੰ ਪੁੱਛਣਾ ਵੀ ਸਾਰਾ ਮਾਮਲਾ ਕੀ ਹੈ, ਪ੍ਰਧਾਨ ਜੀ ਕੀ ਮਾਮਲਾ ਸਾਰਾ? ਮਾਮਲਾ ਤਾਂ ਤੁਹਾਨੂੰ ਸਾਰਾ ਜਿਹੜਾ ਉਹ ਬਲੌਰ ਨੇ ਦੱਸਤਾ, ਜਿਹੜੇ ਸ਼ੈਲਰ ਤੇ ਆੜਤੀਏ ਨੇ ਉਹ ਮਿਲੀ ਭੁਗਤ ਨਾਲ ਉਹ ਸਾਨੂੰ ਟਿੱਕਾ ਲਾ ਰਹੇ ਨੇ। ਜਿਹੜਾ ਝੋਨਾ ਕਈ ਵਾਰੀ ਉਹਨਾਂ ਦੇ ਮੀਟਰਾਂ ਦੇ ਵਿੱਚ ਪਾ ਕੇ 24-24 ਆਉਂਦਾ, ਜਦੋਂ ਅਸੀਂ ਉਹਨੂੰ ਵਿੱਚ ਪਾਉਂਦੇ ਹਾਂ ਆਪਦੇ ਹੱਥ ਨਾਲ ਤਾਂ ਉਹ 20 ਆਉਂਦਾ ਹੈਗਾ, ਉਹਨੂੰ ਗਿੱਲਾ ਦੱਸਦੇ ਨੇਗੇ। ਕਈ ਮੰਡੀਆਂ ਦੇ ਵਿੱਚ ਇਹ ਰੁਕਾਵਟ ਹੈ ਵੀ ਉਹ 17 ਤੋਂ ਵੱਧ ਝੋਨਾ ਖਰੀਦ ਨਹੀਂ ਰਹੇ। ਕਈ ਥਾਈਂ ਇੰਸਪੈਕਟਰਾਂ ਦਾ ਝੋਨਾ ਲਾਇਆ ਹੋਇਆ ਉਹਨੂੰ ਗਿੱਲਾ ਦੱਸ ਕੇ ਭਰਨ ਤੋਂ ਵੀ ਆਨਾਕਾਨੀ ਕਰ ਰਹੇ ਆ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਦੀ ਲੀਹ ਨਹੀਂ ਫੜਦੇ, ਇਹ ਝੋਨੇ ਨੂੰ ਸਹੀ ਸਲਾਮਤ ਨਹੀਂ ਲਾਉਂਦੇ, ਕਿਉਂਕਿ ਹੁਣ ਜਿਹੜਾ ਮੌਸਮ ਹੈ ਬਹੁਤ ਸਿੱਲਾ ਆ ਰਿਹਾ ਹੈਗਾ, ਉਹਦੇ ਕਾਰਨ ਝੋਨਾ ਸੁੱਕਣ ਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ। ਸੋ ਇਹ ਜਿਹੜੀ ਕਿਸਾਨਾਂ ਦੀ ਖੱਜਲ ਖੁਆਰੀ ਹੈ, ਕਿਸਾਨਾਂ ਦੀ ਲੁੱਟ ਚੱਲ ਰਹੀ ਹੈਗੀ, ਅਸੀਂ ਉਹਨੂੰ ਰੋਕਾਂਗੇ। ਜੇ ਨਾ ਇਹ ਸਮਝੇ ਨਾ ਕੋਈ ਯੋਗ ਪ੍ਰਬੰਧ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ। ਇਹ ਮੰਡੀ ਅਧਿਕਾਰੀ ਜਿਹੜੇ ਤੁਹਾਨੂੰ ਮਿਲੇ ਸੀਗੇ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ? ਇਹਨਾਂ ਨੇ ਤਾਂ ਸਾਨੂੰ ਬਹੁਤ ਵਧੀਆ ਵਿਸ਼ਵਾਸ ਦਵਾਇਆ ਵੀ ਅਸੀਂ ਚੱਕਾਂਗੇ, ਅਸੀਂ ਛੇਤੀ ਮੰਡੀ ਨਿਬੇੜ ਰਹੇ ਹਾਂਗੇ। ਬਾਕੀ ਇਹ ਜਿਹੜੇ ਸੈਲਰ ਵਾਲੇ ਨੇਗੇ ਇਹੀ ਅਸਲ ਟਿੱਕਾ ਇਹ ਪਾਉਂਦੇ ਨੇਗੇ, ਉਹ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਵੀ ਇਹਨਾਂ ਨਾਲ ਰਾਬਤਾ ਕਰਾਂਗੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ। ਧੰਨਵਾਦ ਜੀ, ਅੱਗੇ ਅਸੀਂ ਆਪਦੀ ਮੀਟਿੰਗ ਕਰਕੇ ਵੀ ਅਗਲੀ ਰਣਨੀਤੀ ਤੈਅ ਕਰਾਂਗੇ। ਧੰਨਵਾਦ ਜੀ। ਧਨੌਲਾ ਮੰਡੀ ਤੋਂ ਸੰਜੀਵ ਗਰਗ ਕਲ ਦੀ ਰਿਪੋਰਟ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਕਿਸਾਨ ਕੀਤੀਆਂ ਮੌਜੂਦ ਹਨ। ਧੰਨਵਾਦ ਜੀ।